ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਪ੍ਰੀਤ ਸਿੰਘ। ਮੈਂ ਪ੍ਰਿੰਸਦੀਪ ਸਿੰਘ ਜੀ। ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟ੍ਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅਸੀਂ ਜਿਹੜੀ ਤੀਸਰੀ ਵੀਡੀਓ ਹੈ ਸਾਡੀ, ਇਹਦੇ ਵਿੱਚ ਅਸੀਂ ਯਾਤਰਾ ਤੁਹਾਨੂੰ ਦਿਖਾਵਾਂਗੇ ਗੋਬਿੰਦ ਧਾਮ ਤੋਂ ਉੱਪਰ ਤਪ ਅਸਥਾਨ ਤੱਕ ਜੀ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਵੱਧ ਇਸ ਨੂੰ ਸ਼ੇਅਰ ਕਰਿਓ, ਕਮੈਂਟ ਵਿੱਚ ਵਾਹਿਗੁਰੂ ਜੀ ਲਿਖਿਓ। ਸੱਚਖੰਡ ਹੇਮਕੁੰਟ ਸਾਹਿਬ ਤੱਕ ਰਸਤੇ ਦੇ ਵਿੱਚ ਕੀ ਔਕੜਾਂ ਜਾਂ ਪਰੇਸ਼ਾਨੀਆਂ ਜਾਂ ਕੀ ਸੁਵਿਧਾ ਮਿਲਦੀਆਂ ਨੇ, ਜਿਸ ਤਰ੍ਹਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀਆਂ ਨੇ, ਪ੍ਰੋਪਰ ਸਟੀਕ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਦੇਵਾਂਗੇ ਜੀ। ਇਸ ਵੀਡੀਓ ਦੇ ਵਿੱਚ ਆਪਾਂ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਾਂਗੇ ਜੀ। ਸ਼੍ਰੀ ਲੋਕਪਾਲ ਲਕਸ਼ਮਣ ਜੀ ਦਾ ਮੰਦਿਰ ਬਣਿਆ ਹੋਇਆ, ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਜੀ। ਇਸ ਜਗ੍ਹਾ ਤੋਂ ਤਿੰਨ ਹਿੰਦੂ ਮਾਨਤਾਵਾਂ ਅਨੁਸਾਰ ਜੀ ਤਿੰਨ ਮੰਦਿਰ ਨੇ ਜੀ, ਬਿਲਕੁਲ ਸੇਧ ਦੇ ਵਿੱਚ ਨੇ। ਚਾਰ ਧਾਮ ਨੇ ਅਤੇ ਤਿੰਨ ਧਾਮ ਬਿਲਕੁਲ ਉਹਨੂੰ ਸੇਧ ਦੇ ਵਿੱਚ ਨੇ, ਉਹ ਕਿਸ ਤਰ੍ਹਾਂ ਨੇ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਜੀ, ਪੂਰੀ ਜਾਣਕਾਰੀ ਦੇਵਾਂਗੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਬਣੇ ਰਹੋ ਜੀ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ। ਆਓ ਚਲੀਏ ਵੀਡੀਓ ਦੀ ਸ਼ੁਰੂਆਤ ਕਰੀਏ। ਇੱਥੇ ਤੱਕ ਜੀ ਤਕਰੀਬਨ 4 ਕਿਲੋਮੀਟਰ ਸਫ਼ਰ ਤੈਅ ਹੋ ਜਾਂਦਾ ਆ। ਇੱਥੇ ਤੱਕ ਘੋੜੇ ਵਾਲੇ ਸਫ਼ਰ ਕਰਾਉਂਦੇ ਨੇ, 1600 ਰੁਪਇਆ ਪਰ ਪਰਸਨ ਦਾ ਲੈਂਦੇ ਨੇ ਜੀ ਇੱਥੋਂ ਤੱਕ ਦਾ। ਬਾਕੀ ਗਾਹਾਂ ਤਪ ਅਸਥਾਨ ਤੱਕ ਤਕਰੀਬਨ 2 ਕਿਲੋਮੀਟਰ ਰਹਿ ਜਾਂਦੀ ਆ, ਅਤੇ ਉਹ ਬਾਏ ਪੈਦਲ ਬਾਏ ਫੁੱਟ ਤੈਅ ਕਰਨਾ ਪੈਂਦਾ ਰਸਤਾ ਆ ਜੀ, ਅਤੇ ਇੱਥੇ ਤੱਕ ਘੋੜੇ ਤੁਹਾਨੂੰ ਲੈ ਕੇ ਆਉਂਦੇ ਨੇ ਜੀ। ਇਹ ਆ ਗਿਆ ਜੀ ਗਲੇਸ਼ੀਅਰ, ਇੱਥੋਂ ਹੁਣ ਆਪਾਂ ਗਲੇਸ਼ੀਅਰ ਤੋਂ ਤਪ ਅਸਥਾਨ ਤੱਕ ਚੜ੍ਹਾਈ ਪੈਦਲ ਸ਼ੁਰੂ ਕਰਾਂਗੇ ਅਤੇ ਪੂਰੀ ਕਰਾਂਗੇ। ਪਾਣੀ ਦਾ ਵਹਾਅ ਦੇਖੋ, ਇਹ ਤੋਂ ਇਹ ਪਤਾ ਲੱਗਦਾ ਕਿ ਗਲੇਸ਼ੀਅਰ ਕਿੰਨੀ ਜਲਦੀ ਪਿਘਲ ਰਹੇ ਨੇ। ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ, ਤਪ ਅਸਥਾਨ ਦੇ ਤੁਹਾਨੂੰ ਵੀਡੀਓ ਦਰਸ਼ਨ ਕਰਾਵਾਂਗੇ। ਆਓ ਚੱਲੀਏ ਜੀ ਅੱਗੇ ਨੂੰ। ਇੱਥੋਂ ਤੁਸੀਂ ਦੇਖੋ ਸਟੈਪ ਬਰਫ ਦੇ ਨਾਲ ਬਣਾਏ ਹੋਏ ਨੇ, ਬਰਫ ਦੇ ਸਟੈਪ ਨੇ ਜੀ ਇਹ, ਅਤੇ ਜਿਹੜੇ ਬਰਫ ਦੇ ਸਟੈਪ ਬਣੇ ਹੋਏ ਨੇ ਜੀ, ਇਹਦੇ ਉੱਤੇ ਪੈਰ ਪੂਰਾ ਜਾਣੀ ਬੋਚ ਕੇ ਐਨ ਤਰੀਕੇ ਨਾਲ ਧਰਨਾ ਪੈਂਦਾ ਆ, ਪੈਰ ਸਲਿਪ ਕਰਦਾ ਆ ਬਹੁਤ ਜ਼ਿਆਦਾ, ਜਾਣੀ ਤਰੀਕੇ ਨਾਲ ਇਹਨੂੰ ਤੈਅ ਕਰਨਾ ਚਾਹੀਦਾ ਇਸ ਸਫ਼ਰ ਨੂੰ ਵੀ। ਚੱਕਾ ਬਰਫ ਦੇਖੋ ਤੁਸੀਂ ਕਿੰਨੀ ਉੱਚੀ ਉੱਚੀ ਬਰਫ ਪਈ ਹੋਈ ਆ ਜੀ ਇਸ ਜਗ੍ਹਾ ਦੇ ਉੱਤੇ, ਗਲੇਸ਼ੀਅਰ ਹਾਲੇ ਵੀ ਮੌਜੂਦ ਨੇ ਜੀ ਇਸ ਜਗ੍ਹਾ ਦੇ ਉੱਤੇ। ਆ ਜਾਓ ਆਪਾਂ ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਤਪ ਅਸਥਾਨ ਦੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਇਹ ਆ ਜੀ ਉਰੇ ਲਾਸਟ ਫੂਡ ਕੋਰਟ ਜੀ, ਅਤੇ ਆ ਝਰਨਾ ਆਉਂਦਾ ਪਾਣੀ ਦਾ। ਇਸ ਜਗ੍ਹਾ ਤੋਂ ਦੋ ਰਸਤੇ ਬਣਦੇ ਨੇ, ਇੱਕ ਤਾਂ ਪੌੜੀਆਂ ਨੇ ਜੀ, ਇੱਕ ਪੈਦਲ ਆ ਜਾਣੀ ਹੈ ਤਾਂ ਪੌੜੀਆਂ ਵੀ ਆਪਾਂ ਪੈਦਲ ਹੀ ਚੜ੍ਹਨੀਆਂ ਨੇ, ਅਤੇ ਉਹ ਪੈਦਲ ਰਸਤਾ ਥੋੜ੍ਹਾ ਲੰਬਾ ਪੈਂਦਾ ਆ, ਥੋੜ੍ਹਾ ਸੌਖਾ ਰਾਹ ਆ ਜੀ। ਤੁਸੀਂ ਆਪਣੀ ਸ਼ਮਤਾ ਦੇ ਅਨੁਸਾਰ ਜਿਵੇਂ ਤੁਹਾਡੀ ਬੋਡੀ ਝੱਲਦੀ ਆ ਉਸ ਅਨੁਸਾਰ ਜੀ ਚਾਹੇ ਪੌੜੀਆਂ ਚੜ੍ਹ ਸਕਦੇ ਹੋ ਚਾਹੇ ਪਲੇਨ ਰਸਤੇ ਰਾਹੀਂ ਜਾ ਸਕਦੇ ਹੋ ਜੀ। ਇਹ ਨੇ ਜੀ ਦੋ ਰਸਤੇ, ਇੱਕ ਪੌੜੀਆਂ ਵਾਲਾ ਅਤੇ ਇੱਕ ਪਲੇਨ, ਜਿਹੜਾ ਤੁਸੀਂ ਚਾਹੋ ਉਹਦੇ ਅਨੁਸਾਰ ਉਹਦੇ ਨਾਲ ਚੱਲ ਸਕਦੇ ਹੋ। ਅਸੀਂ ਲੈ ਰਹੇ ਹਾਂ ਜੀ ਪੌੜੀ ਵਾਲਾ ਰਸਤਾ,
ਆ ਚਲੀਏ। ਬਣੇ ਰਹੋ ਸਰ ਪੂਰੀ ਵੀਡੀਓ ਦੇ ਅੰਤ ਤੱਕ। ਬਸ ਆਪਾਂ ਪਹੁੰਚਣ ਵਾਲੇ ਹਾਂ ਤਪ ਸਥਾਨ ਦੇ ਉੱਤੇ ਜੀ, ਦਰਸ਼ਨ ਕਰਦੇ ਹਾਂ ਤਪ ਸਥਾਨ ਦੇ ਜੀ। ਸਾਹਮਣੇ ਤੁਸੀਂ ਹੈਲੀਪੈਡ ਦੇਖ ਸਕਦੇ ਹੋ ਅਤੇ ਕਾਫੀ ਠੰਡ ਹੈ ਉੱਪਰ। ਬੜੇ ਸਮੇਂ 'ਚ ਆਪਾਂ ਪਹੁੰਚਣ ਵਾਲੇ ਹਾਂ ਜੀ ਤਪ ਸਥਾਨ 'ਤੇ। ਸਾਹਮਣੇ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ। ਆਓ ਚੱਲੀਏ ਜੀ, ਰਹਿੰਦਾ ਖੁੰਦਾ ਰਸਤਾ ਇਹ ਵੀ ਪੂਰਾ ਕਰੀਏ। ਆਪਾਂ ਪਹੁੰਚ ਗਏ ਜੀ ਤਪ ਸਥਾਨ ਦੇ ਬਹੁਤ ਹੀ ਨਜ਼ਦੀਕ ਅਤੇ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ। ਥੋੜ੍ਹੀ ਚੜ੍ਹਾਈ ਰਹਿ ਗਈ, ਫਿਰ ਉਸ ਤੋਂ ਬਾਅਦ ਪਹੁੰਚ ਜਾਵਾਂਗੇ ਆਪਾਂ ਤਪ ਸਥਾਨ ਉੱਪਰ ਜੀ। ਆ ਚਲੀਏ। ਠੰਡ ਇੱਥੇ ਇੰਨੀ ਜ਼ਿਆਦਾ ਹੈ ਕਿ ਹੱਥ ਸੁੰਨ ਹੋ ਗਏ ਅਤੇ ਬੋਲਿਆ ਜਾ ਨਹੀਂ ਰਿਹਾ, ਪਰ ਤਾਂ ਵੀ ਤੁਹਾਡੇ ਲਈ ਇਹ ਸਾਰੀ ਵੀਡੀਓ ਬਣਾਈ ਹੈ ਤਾਂ ਕਿ ਤੁਸੀਂ ਵੀ ਇੱਕ ਵਰਚੁਅਲ ਟੂਰ ਲੈ ਸਕੋ ਸ਼੍ਰੀ ਹੇਮਕੁੰਟ ਸਾਹਿਬ ਦਾ ਜੀ, ਇਸ ਦੀ ਯਾਤਰਾ ਦਾ ਜੀ। ਆਓ ਚਲੀਏ ਉੱਪਰ। ਨਿਹਾਲ ਸਤਿ ਸ਼੍ਰੀ ਅਕਾਲ, ਆਪਾਂ ਪਹੁੰਚ ਚੁੱਕੇ ਹਾਂ ਜੀ ਤਪ ਸਥਾਨ 'ਤੇ ਜੀ। ਸਾਰਾ ਸਫ਼ਰ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਜੀ ਬਹੁਤ ਵਧੀਆ ਰਿਹਾ ਜੀ, ਬਹੁਤ ਵਧੀਆ ਅਤੇ ਸੌਖੇ ਤਰੀਕੇ ਨਾਲ ਜੀ ਆਪਾਂ ਤਪ ਸਥਾਨ 'ਤੇ ਪਹੁੰਚ ਚੁੱਕੇ ਹਾਂ। ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀਡੀਓ ਦੇ ਵਿੱਚ ਤਪ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਜੀ। ਲਓ ਜੀ ਪਹੁੰਚ ਚੁੱਕੇ ਹਾਂ ਆਪਾਂ ਤਪ ਸਥਾਨ 'ਤੇ ਜੀ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਆਪਾਂ ਪਹੁੰਚ ਚੁੱਕੇ ਹਾਂ ਜੀ ਤਪ ਸਥਾਨ 'ਤੇ ਜੀ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਤਪ ਸਥਾਨ 'ਤੇ। ਇਹ ਬਰਫ਼ ਦੇਖੋ ਕਿੰਨੀ ਕਿੰਨੀ ਉੱਚੀ ਆ ਜੀ, ਅਤੇ ਮਹਾਰਾਜ ਦੀ ਕਿਰਪਾ ਸਦਕਾ ਜੀ ਬਹੁਤ ਸੌਖੇ ਅਤੇ ਵਧੀਆ ਤਰੀਕੇ ਨਾਲ ਜੀ ਆਪਾਂ ਮਹਾਰਾਜ ਦੇ ਤਪ ਸਥਾਨ 'ਤੇ ਪਹੁੰਚੇ ਹਾਂ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਇਹ ਬਾਬਾ ਜੀ ਸੇਵਾ ਨੂੰ ਆਉਂਦੇ ਨੇ ਇਸ ਸਥਾਨ ਦੇ ਉੱਤੇ ਜੀ, ਇਸ ਜਗ੍ਹਾ ਦੇ ਉੱਤੇ ਜੀ, ਯਾਨੀ ਕੋਈ ਵੀ ਤੰਗੀ ਪਰੇਸ਼ਾਨੀ ਆਉਂਦੀ ਨਹੀਂ ਜੀ। ਜਦੋਂ ਆਪਾਂ ਦਸਵੇਂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੀ ਉਹਦਾ ਨਾਮ ਸਿਮਰਨ ਕਰਦੇ ਹੋਏ ਇਸ ਸਥਾਨ 'ਤੇ ਪਹੁੰਚਦੇ ਹਾਂ ਜੀ। ਅੱਜ ਆਪਾਂ ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਇਹ ਦੇਖੋ ਬਰਫ਼ ਚਾਰੇ ਪਾਸੇ ਜੀ ਪਈ ਹੋਈ ਹੈ ਜੀ। ਇਸ ਸਾਈਡ ਹੈ ਜੀ ਲੰਗਰ ਹਾਲ, ਦੇਖ ਸਕਦੇ ਹਾਂ ਅਸੀਂ ਆਪਣੀ ਸਕਰੀਨ ਉੱਪਰ। ਗਰਮਾ ਗਰਮ ਚਾਹ ਆ ਜੀ ਅਤੇ ਸਾਰੀ ਠੰਡ ਦੂਰ ਕਰ ਦਿੰਦੀਆਂ ਦਸਵੇਂ ਪਾਤਸ਼ਾਹ ਦੇ ਸਥਾਨ 'ਤੇ ਆਪਾਂ ਚਾਹ ਪੀ ਕੇ ਜੀ। ਇੱਕ ਵੀ ਸੇਵਾ ਨੂੰ ਆਉਂਦੇ ਨੇ ਇਸ ਸਥਾਨ ਉੱਤੇ ਜੀ, ਬਹੁਤ ਵੱਡੀ ਸੇਵਾ ਇਹਨਾਂ ਵੀਰਾਂ ਦੀ ਵੀ ਸੀ ਜਿਹੜੇ ਇਸ ਸਥਾਨ 'ਤੇ ਇੰਨੀ ਬਰਫ਼ ਦੇ ਵਿੱਚ ਠੰਡ ਦੇ ਵਿੱਚ ਵੀ ਸੇਵਾ ਨਿਭਾ ਰਹੇ। ਗਰਮਾ ਗਰਮ ਖਿਚੜੀ ਅਤੇ ਗਰਮਾ ਗਰਮ ਚਾਹ ਜੀ।
ਆ ਜੀ ਸਾਹਮਣੇ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਜੀ ਤਪ ਅਸਥਾਨ ਮਹਾਰਾਜ ਦਾ ਜੀ ਆਪਾਂ ਪਹੁੰਚ ਚੁੱਕੇ ਹਾਂ ਅਤੇ ਉਹ ਆ ਸਾਹਮਣੇ ਜੀ ਸ਼੍ਰੀ ਲੋਕਪਾਲ ਲਕਸ਼ਮਣ ਮੰਦਿਰ ਜੀ ਬਣਿਆ ਹੋਇਆ ਅਤੇ ਆਹ ਦੇਖੋ ਤੁਸੀਂ ਪਿੱਛੇ ਨਾ ਬਰਫ਼ ਖੁਰ ਕੇ ਪਾਣੀ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਅਤੇ ਇਹ ਪਾਣੀ ਜਾ ਰਿਹਾ ਸਾਰਾ ਗਲੇਸ਼ੀਅਰ ਪਿਘਲ ਰਹੇ ਨੇ ਅਤੇ ਉੱਪਰ ਦੇਖੋ ਪਹਾੜਾਂ ਦੇ ਉੱਪਰ ਬਰਫ਼ ਹੀ ਬਰਫ਼ ਆ ਜੀ ਸਾਰੇ ਪਾਸੇ ਬਰਫ਼ ਹੀ ਬਰਫ਼ ਆ ਜੀ ਸਮਾਂ ਲੱਗਿਆ ਤਾਂ ਇਸ ਵਾਰ ਜੀ ਜ਼ਰੂਰ ਦਰਸ਼ਨ ਕਰਕੇ ਜਾਇਓ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਦੇ ਜੀ ਤੁਸੀਂ ਬਹੁਤ ਵਧੀਆ ਮੌਸਮ ਆ ਅਤੇ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਜੀ ਇਤਿਹਾਸ ਅਨੁਸਾਰ ਜੀ ਇਹ ਗੱਲ ਕਹੀ ਜਾਂਦੀ ਆ ਵੀ ਦਸਵੇਂ ਪਾਤਸ਼ਾਹ ਨੇ ਪਿਛਲੇ ਜਨਮ ਦੇ ਵਿੱਚ ਜੀ ਦੁਸ਼ਟ ਦਮਨ ਦੇ ਰੂਪ ਵਿੱਚ ਜੀ ਇਸ ਜਗ੍ਹਾ ਦੇ ਉੱਤੇ ਭਗਤੀ ਕੀਤੀ ਸੀ ਜੀ ਤੁਸੀਂ ਦੇਖ ਸਕਦੇ ਹੋ ਇਸ ਸਥਾਨ ਦੀ ਛੱਤ ਜੀ ਪੰਜ ਤਿਕੋਣੀ ਛੱਤ ਆ ਜੀ ਪਹਿਲਾਂ ਜੀ ਇਹ ਛੋਟਾ ਜਿਹਾ ਇੱਕ ਕਮਰਾ ਹੁੰਦਾ ਸੀਗਾ ਭਾਈ ਸੋਹਣ ਸਿੰਘ ਜੀ ਅਤੇ ਭਾਈ ਮੋਦਨ ਸਿੰਘ ਜੀ ਜੋ ਕਿ ਫੌਜ ਦੇ ਵਿੱਚ ਡਿਊਟੀ ਕਰਦੇ ਹੁੰਦੇ ਸੀ ਜੀ ਉਹਨਾਂ ਨੇ ਤਕਰੀਬਨ 21 ਸਾਲ ਇਸ ਸਥਾਨ ਦੀ ਸੇਵਾ ਨਿਭਾਈ ਸੀ ਜੀ ਕਲਗੀਧਰ ਚਮਤਕਾਰ ਦੇ ਵਿੱਚ ਵੀ ਭਾਈ ਵੀਰ ਸਿੰਘ ਜੀ ਨੇ ਇਸ ਜਗ੍ਹਾ ਦਾ ਜ਼ਿਕਰ ਕੀਤਾ ਆ ਜੀ ਆਜੋ ਆਪਾਂ ਸਭ ਤੋਂ ਪਹਿਲਾਂ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਮੇਰੇ ਨਾਲ ਉਹ ਪੰਜ ਪੰਜ ਫੁੱਟ ਉੱਚੀਆਂ ਕੰਧਾਂ ਨੇ ਇੰਨੇ ਇੰਨੇ ਉੱਚੀਆਂ ਕੰਧਾਂ ਨੇ ਹਲੇ ਵੀ ਗਲੇਸ਼ੀਅਰ ਜਾਣੀ ਪੂਰੀ ਤਰ੍ਹਾਂ ਪਿਘਲੇ ਨਹੀਂ ਹੈਗੇ ਹਲੇ ਵੀ ਮਜ਼ਬੂਤ ਨੇ ਜੀ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਬਹੁਤ ਵੱਡੇ ਵੱਡੇ ਉੱਚੇ ਉੱਚੇ ਗਲੇਸ਼ੀਅਰ ਨੇ ਜੀ ਇਹ ਆ ਜੀ ਜੋੜਾ ਘਰ ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਮੇਰੇ ਪਾਤਸ਼ਾਹ ਦੇ ਅਸਥਾਨ 'ਤੇ ਜੀ ਜਿਸ ਜਗ੍ਹਾ ਮੇਰੇ ਪਾਤਸ਼ਾਹ ਨੇ ਤਪ ਕੀਤਾ ਜੀ ਭਗਤੀ ਕੀਤੀ ਜਿਸ ਅਸਥਾਨ ਦੇ ਉੱਤੇ ਅਤੇ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ ਆ ਜਾਓ ਤੁਹਾਨੂੰ ਪਵਿੱਤਰ ਸਰੋਵਰ ਦੇ ਵੀ ਦਰਸ਼ਨ ਕਰਾਉਂਦੇ ਹਾਂ ਜੀ ਚੌਕੀ ਲਾਉਂਦੇ ਡੁਬਕੀ ਲਾਉਂਦੇ ਹਾਂ ਆਪਾਂ ਜੀ ਉਸ ਸਰੋਵਰ ਦੇ ਵਿੱਚ ਵੀ ਥੋੜ੍ਹੇ ਜਿਹੇ ਏਰੀਏ ਦੇ ਵਿੱਚ ਸਰੋਵਰ ਸਾਹਿਬ ਹੈ ਜੀ ਇਸ ਵਾਰ ਅਤੇ ਬਾਕੀ ਗਲੇਸ਼ੀਅਰ ਉਸੇ ਤਰ੍ਹਾਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਬੜੀ ਹੌਲੀ ਹੌਲੀ ਆਇਆ ਨਾ ਫਿਰ
ਮੇਰੇ ਸਾਥ ਆਓ, ਮੈਂ ਹੱਥ ਪਕੜ ਲੂੰਗੀ। ਆਪਾਂ ਦਰਸ਼ਨ ਕਰਦੇ ਹਾਂ ਸ਼੍ਰੀ ਲੋਕਪਾਲ ਲਕਸ਼ਮਣ ਜੀ ਦਾ ਮੰਦਰ ਬਣਿਆ ਹੋਇਆ ਸੰਸਥਾਨ ਦੇ ਉੱਤੇ ਜੀ। ਆ ਜਾਓ ਆਪਾਂ ਉਸ ਮੰਦਰ ਦੇ ਵੀ ਦਰਸ਼ਨ ਕਰਦੇ ਹਾਂ ਜੀ। ਇਹ ਹੈ ਜੀ ਮੰਦਰ ਬਣਿਆ ਹੋਇਆ ਸੰਸਥਾਨ ਦੇ ਉੱਤੇ। ਇਸ ਸੰਸਥਾਨ ਦਾ ਸਰੋਵਰ ਅਤੇ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਦਾ ਸਰੋਵਰ ਵੀ ਸਾਂਝਾ ਸਰੋਵਰ ਆ ਵੀ ਇਸ ਜਗ੍ਹਾ ਦੇ ਉੱਤੇ ਜੀ ਬਣਿਆ ਹੋਇਆ, ਤੁਸੀਂ ਦੇਖ ਸਕਦੇ ਹੋ। ਇਸ ਜਗ੍ਹਾ ਵੀ ਗਲੇਸ਼ੀਅਰ ਹਲੇ ਮੌਜੂਦ ਨੇ ਜੀ, ਖੁਰੇ ਨਹੀਂ ਹੈਗੇ ਪੂਰੇ ਤਰ੍ਹਾਂ ਜੀ, ਉਸੇ ਤਰ੍ਹਾਂ ਮੌਜੂਦ ਨੇ ਜੀ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਇਹ ਬੋਰਡ ਲੱਗਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ, ਸ਼੍ਰੀ ਲਕਸ਼ਮਣ ਮੰਦਰ ਸ਼੍ਰੀ ਸਤਪਾਲ ਜੀ ਮਹਾਰਾਜ ਦੁਆਰਾ ਇਹ ਉਹਨਾਂ ਨੇ ਕਰਾਇਆ ਸੀ 1988 ਦੇ ਵਿੱਚ ਜੀ। ਇਹ ਮੰਦਰ ਦੀ ਜਾਣੀ ਪੂਰਨ ਨਿਰਮਾਣ ਕਰਵਾਇਆ ਹੋਣਾ ਉਸ ਵੇਲੇ ਜੀ। ਇਹ ਆ ਮੰਦਰ ਜੀ, ਸ਼੍ਰੀ ਲਕਸ਼ਮਣ ਲੋਕਪਾਲ ਮੰਦਰ ਜੀ। ਉਸਕੀ ਜਗ੍ਹਾ ਤੁਮਕੋ ਆਜੇ ਸ਼ਾਦੀ ਕਰਨੀ ਹੈ ਜਾਣਾ। ਆਪਾਂ ਸਭ ਨੇ ਜੀ ਸ਼੍ਰੀ ਲੋਕਪਾਲ ਲਕਸ਼ਮਣ ਜੀ ਮੰਦਰ ਵਿੱਚ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਇਸ ਮੰਦਰ ਦੇ ਨਾਲ ਹੀ ਜੀ ਸ਼ਿਵਲਿੰਗ ਦੀ ਸਥਾਪਨਾ ਕੀਤੀ ਹੋਈ ਹੈ, ਤੁਸੀਂ ਦਰਸ਼ਨ ਕਰ ਸਕਦੇ ਹੋ ਆਪਣੀ ਸਕਰੀਨ ਉੱਪਰ। ਤੁਹਾਨੂੰ ਜੇਕਰ ਕੋਈ ਵੀ ਕੁਐਸਚਨ ਹੁੰਦਾ ਹੈ ਜਾਂ ਫਿਰ ਕੋਈ ਵੀ ਸੁਜੈਸ਼ਨ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਸਾਹਮਣੇ ਤੁਸੀਂ ਦੇਖ ਸਕਦੇ ਹੋ ਇਤਿਹਾਸ ਦਾ ਬੋਰਡ ਲੱਗਿਆ ਹੋਇਆ, ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਇਸ ਮੰਦਰ ਦਾ ਜੀ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਵਧੇ ਅਤੇ ਅਸੀਂ ਨਵਾਂ ਕੰਟੈਂਟ ਤੁਹਾਡੇ ਲਈ ਹਰ ਵਾਰ ਲਿਆ ਸਕੀਏ। ਸਾਡਾ ਵੀਰ ਜੀ, ਇਹ ਵੀਰ ਵੀ ਯੂਟਿਊਬਰ ਆ ਜੀ, ਇਹ ਵੀਰ ਦੀਆਂ ਲੇਟੈਸਟ ਵੀਡੀਓ ਹੁਣ ਪਈਆਂ ਨੇ ਜੀ ਉੱਤਰਾਖੰਡ ਵਾਲਾ ਐਕਸਪਲੋਰ ਦੇ ਚੈਨਲ ਨਾਲ ਚੈਨਲ ਆ ਜੀ, ਦਾ ਯੂਟਿਊਬ ਦੇ ਉੱਤੇ ਚੈਨਲ ਆ ਵੀਰ ਦਾ ਹੈ। ਅਸੀਂ ਵੀ ਇਸ ਵੀਰ ਨੂੰ ਉਰੇ ਆਉਣ ਤੋਂ ਪਹਿਲਾਂ ਯਕੀਨ ਮੰਨਿਓ ਦੇਖ ਕੇ ਆਏ ਹਾਂ ਜੀ। ਅਤੇ ਆ ਜਾ ਵੀਰ ਨੂੰ ਮਾੜਾ ਜਿਹਾ ਤੁਸੀਂ ਕੁਛ ਕਹਿਣਾ ਚਾਹੁੰਦੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜੀ, ਲੋਕਾਂ ਨੂੰ ਆਉਣਾ ਚਾਹੀਦਾ ਹੈ? ਹਾਂ, ਤਾਂ ਬਸ ਮੈਂ ਇਹੀ ਕਹਿਣਾ ਚਾਹਤਾ ਹੂੰ ਸਭੀ ਸੰਗਤੋਂ ਸੇ ਕਿ ਮੌਸਮ ਬੜੀਆ ਹੈ, ਰਾਸਤਾ ਅੱਛਾ ਹੈ, ਆਰਾਮ ਸੇ ਆਏ, ਬਾਬਾ ਜੀ ਕੇ ਦਰਸ਼ਨ ਕਰੇ, ਵਾਹਿਗੁਰੂ ਜੀ ਕੇ ਦਰਸ਼ਨ ਕਰੇ, ਮੰਦਿਰ ਪੇ ਆਏ, ਔਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਗੀ, ਆਰਾਮ ਆਰਾਮ ਸੇ ਚੱਲਣਾ ਹੈ, ਆਰਾਮ ਸੇ ਦਰਸ਼ਨ ਕਰਨਾ, ਦੌੜ ਭਾਗ ਕੀ ਕੋਈ ਜਲਦੀ ਨਹੀਂ ਹੈ। ਬਾਕੀ ਵੀਰ ਜੀ ਔਰ ਮਿਲੇ ਹੈ, ਉਨਕਾ ਵੀ ਯੂਟਿਊਬ ਚੈਨਲ ਹੈ, ਆਪ ਉਨਕੇ ਵੀ ਥਰੂ ਯਹਾਂ ਕੇ ਦਰਸ਼ਨ ਕਰ ਸਕਤੇ ਹੈ, ਜੋ ਯਹਾਂ ਪੇ ਨਹੀਂ ਆ ਸਕਤੇ ਹੈ ਤੋ ਵੀ ਉਨਕੇ ਘਰ ਬੈਠੇ ਬੈਠੇ ਦਰਸ਼ਨ ਹੋ ਸਕਦੇ। ਬਾਕੀ ਵੀਰ ਜੀ ਸੇ ਅੱਛਾ ਲਗਾ ਮਿਲ ਕਰਕੇ, ਵੀਰ ਨੂੰ ਮਿਲ ਕੇ ਜੀ ਬਹੁਤ ਵਧੀਆ ਲੱਗਾ, ਜਾਣੀ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਅਸੀਂ ਆਪਣੇ ਕਿਸੇ ਯੂਟਿਊਬਰ ਵੀਰ ਨੂੰ ਮਿਲਦੇ ਹਾਂ ਜਿਹੜਾ ਸਹੀ ਜਾਣਕਾਰੀ ਸਟੀਕ ਜਾਣਕਾਰੀ ਦਿੰਦਾ ਆ, ਤਾਂ ਮਨ ਨੂੰ ਖੁਸ਼ੀ ਬਹੁਤ ਹੁੰਦੀ ਆ। ਹਾਂਜੀ ਹਾਂਜੀ, ਬਾਕੀ ਚਲੋ ਉੱਪਰ ਵਾਲੇ ਕੀ ਕਿਰਪਾ ਹੈ, ਜੋ ਕਰਾਏ ਵਹੀ ਹਮ ਕਰੇਂਗੇ। ਇਹ ਗੱਲ ਕਹੀ ਜਾਂਦੀ ਹੈ ਜੀ ਹੇਮਕੁੰਟ ਪਰਬਤ ਹੈ ਜਹਾਂ ਸੱਤ ਸਿੰਘ ਸੋਭਿਤ ਹੈ, ਤਹਾਂ ਕਿਹਾ ਜਾਂਦਾ ਵੀ ਸੱਤੇ ਚੋਟੀਆਂ 'ਤੇ ਸੱਤ ਨਿਸ਼ਾਨ ਸਾਹਿਬ ਝੂਲਦੇ ਨੇ ਜੀ। ਤੁਸੀਂ ਯਕੀਨ ਮੰਨਿਓ ਪੰਜ ਤਾਂ ਸਾਨੂੰ ਦਿਖਾਈ ਦਿੰਦੇ ਨੇ ਜੀ, ਜਿਹੜੀ ਦੋ ਨਹੀਂ ਦਿਖਾਈ ਦਿੱਤੇ ਹੈਗੇ, ਪੰਜ ਨਿਸ਼ਾਨ ਸਾਹਿਬ ਇਹਨਾਂ ਚੋਟੀਆਂ 'ਤੇ ਦਿਖਾਈ ਦਿੰਦੇ ਨੇ ਜੀ। ਇੱਕ ਤਾਂ ਨਿਸ਼ਾਨ ਸਾਹਿਬ ਆਹ ਸਾਹਮਣੇ ਆਪਾਂ ਨੂੰ ਚੋਟੀ 'ਤੇ ਦਿੰਦਾ ਆ ਜੀ, ਇੱਕ ਨਿਸ਼ਾਨ ਸਾਹਿਬ ਉਹ ਚੋਟੀ 'ਤੇ ਦਿੰਦਾ ਆ ਜੀ, ਇੱਕ ਨਿਸ਼ਾਨ ਸਾਹਿਬ ਉਹ ਸਾਹਮਣੇ ਚੋਟੀ 'ਤੇ ਆ, ਉਹ ਬਿਲਕੁਲ ਤੁਸੀਂ ਸਾਹਮਣੇ ਦੇਖ ਸਕਦੇ ਹੋ, ਇੱਕ ਨਿਸ਼ਾਨ ਸਾਹਿਬ ਉਹ ਸਾਹਮਣੇ ਚੋਟੀ 'ਤੇ ਝੂਲਦਾ ਆ ਜੀ, ਇੱਕ ਨਿਸ਼ਾਨ ਸਾਹਿਬ ਉਹ ਸਾਹਮਣੇ ਚੋਟੀ 'ਤੇ ਆ ਜੀ, ਤੁਸੀਂ ਦੇਖ ਸਕਦੇ ਇਹ ਝੂਲਦੇ ਨੇ ਨਿਸ਼ਾਨ ਸਾਹਿਬ ਚੋਟੀਆਂ ਦੇ ਉੱਤੇ ਜੀ।
ਜਿਹੜੀ ਪੰਜ ਦੇ ਦਰਸ਼ਨ ਹੋਏ ਨੇ, ਦੇਖਦੇ ਹਾਂ ਦੋ ਦੇ ਦਰਸ਼ਨ ਹੋ ਜਾਣ ਜੀ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਅਤੇ ਲੋਕ ਲਕਸ਼ਮਣ ਜੀ ਦਾ ਮੰਦਿਰ ਇੱਕ ਅਜਿਹੀ ਜਗ੍ਹਾ ਉੱਪਰ ਸਥਿਤ ਹੈ ਜਿੱਥੋਂ ਅਗਰ ਆਪਾਂ ਗੂਗਲ ਮੈਪ 'ਤੇ ਦੇਖੀਏ ਤਾਂ ਕੇਦਾਰਨਾਥ, ਬਦਰੀਨਾਥ ਅਤੇ ਗੰਗੋਤਰੀ ਜੋ ਕਿ ਚਾਰ ਧਾਮਾਂ ਵਿੱਚੋਂ ਤਿੰਨ ਧਾਮ ਹਨ, ਸਾਰੇ ਇੱਕੋ ਹੀ ਸੇਧ ਵਿੱਚ ਹਨ। ਤੁਸੀਂ ਆਪਣੇ ਸਕਰੀਨ ਉੱਪਰ ਵੀਡੀਓ ਦੇ ਵਿੱਚ ਦੇਖ ਸਕਦੇ ਹੋ, ਆਪਾਂ ਦੇਖ ਚੁੱਕੇ ਹਾਂ ਬਦਰੀਨਾਥ ਅਤੇ ਹੁਣ ਆਪਾਂ ਦੇਖ ਰਹੇ ਹਾਂ ਕੇਦਾਰਨਾਥ। ਕੇਦਾਰਨਾਥ ਦੇ ਬਿਲਕੁਲ ਨਾਲ ਹੀ ਗੰਗੋਤਰੀ, ਆਪਾਂ ਨੂੰ ਮਤਲਬ ਤਿੰਨ ਧਾਮ ਦੇਖਣ ਨੂੰ ਮਿਲਦੇ ਨੇ ਇੱਕੋ ਹੀ ਸੇਧ ਵਿੱਚ ਨੇ ਜੀ। ਇਹ ਤੁਸੀਂ ਦੁਬਾਰਾ ਦੇਖੋ, ਗੰਗੋਤਰੀ, ਕੇਦਾਰਨਾਥ, ਬਦਰੀਨਾਥ ਅਤੇ ਹੇਮਕੁੰਟ ਸਾਹਿਬ ਅਤੇ ਲੋਕ ਲਕਸ਼ਮਣ ਜੀ ਦਾ ਮੰਦਿਰ ਬਹੁਤ ਹੀ ਵਧੀਆ ਜਗ੍ਹਾ ਉੱਪਰ ਸਥਿਤ ਨੇ ਜੀ। ਇਹ ਬਹੁਤ ਠੰਡ ਹੈ, ਬਹੁਤ ਅੱਛਾ ਮੌਸਮ ਹੈ, ਤੁਸੀਂ ਵੀ ਇੱਕ ਵਾਰ ਇੱਥੇ ਜ਼ਰੂਰ ਆਇਓ ਦਰਸ਼ਨ ਕਰਨ ਲਈ ਜੀ। ਬਰਫ਼ ਖੁਰ ਜਾਂਦੀ ਆ ਤਾਂ ਸਾਡੇ ਫੌਜੀ ਵੀਰਾਂ ਨੂੰ ਸਲਾਮ ਆ, ਸਲੂਟ ਆ ਜੀ। ਇਹ ਵਿਚਾਰੇ ਨਾਲ ਦੀ ਨਾਲ ਰਸਤਾ ਬਣਾਉਂਦੇ ਰਹਿੰਦੇ ਨੇ, ਜਿਹੜੀ ਸੰਗਤ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਜੀ। ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜੀ, ਅਤੇ ਵੀਰ ਰਸਤਾ ਬਣਾ ਰਹੇ ਨੇ ਜੀ। ਆਪਾਂ ਜੀ ਜਦੋਂ ਥੱਲਿਓਂ ਗੋਬਿੰਦ ਧਾਮ ਤੋਂ ਯਾਤਰਾ ਸ਼ੁਰੂ ਕਰਦੇ ਹਾਂ ਤਾਂ ਜੇ ਕੋਈ ਮੈਡੀਸਨ ਦੀ ਜ਼ਰੂਰਤ ਆ ਸਾਨੂੰ ਉਸ ਉੱਥੋਂ ਹੀ ਲੈ ਕੇ ਆਉਣੀ ਚਾਹੀਦੀ ਆ, ਕਿਉਂਕਿ ਉੱਥੇ ਡਿਸਪੈਂਸਰੀ ਹੈਗੀ ਆ। ਰਾਹ ਦੇ ਵਿੱਚ ਕੋਈ ਮੈਡੀਕਲ ਸੁਵਿਧਾ ਇਸ ਰੂਟ 'ਤੇ 6 ਕਿਲੋਮੀਟਰ ਵਾਲੇ 'ਤੇ ਨਹੀਂ ਮਿਲਦੀ ਹੈਗੀ ਜੀ। ਕੁਛ ਕੁਛ ਜਗ੍ਹਾ ਦੇ ਉੱਤੇ ਫੂਡ ਕੋਰਟ ਜਿਹੇ ਆਉਂਦੇ ਨੇ ਛੋਟੇ ਛੋਟੇ ਜੀ, ਜਿਸ ਜਗ੍ਹਾ ਤੁਸੀਂ ਚਾਹ ਪਾਣੀ ਵਗੈਰਾ ਪੀ ਸਕਦੇ ਹੋ, ਕੁਛ ਖਾਣਾ ਹੋਵੇ ਖਾ ਸਕਦੇ ਹੋ ਜੀ, ਪਰ ਮੈਡੀਸਨ ਹਮੇਸ਼ਾ ਥੱਲੇ ਹੀ ਕੈਰੀ ਕਰਕੇ ਲਿਆਉਣੀ ਚਾਹੀਦੀ ਆ ਜੀ, ਤਾਂ ਜੋ ਰਾਹ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਜੀ। ਜਦੋਂ ਆਪਾਂ ਗਲੇਸ਼ੀਅਰ ਤੋਂ ਚੜ੍ਹਦੇ ਅਤੇ ਉੱਤਰਦੇ ਹਾਂ ਤਾਂ ਪੈਰ ਸਲਿਪ ਹੁੰਦਾ ਹੈ, ਅਤੇ ਇਸ ਲਈ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਨੇ ਜਰਾਬਾਂ ਜੋੜਾ ਇੱਕ ਐਕਸਟਰਾ, ਤਾਂ ਕਿ ਆਪਾਂ ਬੂਟਾਂ 'ਤੇ ਚੜ੍ਹਾ ਸਕੀਏ। ORS ਜ਼ਰੂਰ ਲਿਓ, ਚਾਹੇ ਤੁਸੀਂ ਮਤਲਬ ਗਲੂਕੋਜ਼ ਲੈ ਕੇ ਆਓ ਤਾਂ ਵਧੀਆ ਗੱਲ ਹੈ, ਅਗਰ ਭੁੱਲ ਵੀ ਜਾਓ ਤਾਂ ORS ਜ਼ਰੂਰ ਚੱਕਿਓ, ਕਿਉਂਕਿ ਉੱਦਾਂ ਡੀਹਾਈਡਰੇਸ਼ਨ ਨਹੀਂ ਹੁੰਦੀ ਅਤੇ ਪਾਣੀ ਦੀ ਜਿਹੜੀ ਸਮਰੱਥ ਹੈ, ਜਿਹੜੀ ਪਾਣੀ ਦੀ ਕੁਆਂਟਿਟੀ ਆਪਣੇ ਬੋਡੀ ਦੇ ਅੰਦਰ ਉਹ ਪ੍ਰੋਪਰ ਰਹਿੰਦੀ ਹੈ। ਵੈਸੇ ਆਰਾਮ ਨਾਲ ਸਾਰੀ ਚੜ੍ਹਾਈ ਚੜ੍ਹਦੇ ਜਾਓ, ਸਾਰੀ ਚੜ੍ਹਾਈ ਉੱਤਰਦੇ ਜਾਓ, ਕੋਈ ਵੀ ਦਿੱਕਤ ਤੁਹਾਨੂੰ ਪੂਰੇ ਰਸਤੇ ਦੇ ਵਿੱਚ ਨਹੀਂ ਆਉਂਦੀ। ਜਿਹੜੀ ਫੁੱਲਾਂ ਦੀ ਘਾਟੀ ਆ, ਵੈਲੀ ਆਫ ਫਲਾਵਰ ਕਿਹਾ ਜਾਂਦਾ ਆ, ਸਿੱਧਾ ਰਸਤਾ ਹੇਮਕੁੰਟ ਸਾਹਿਬ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਨੂੰ ਜਾਂਦਾ ਆ ਜੀ, ਅਤੇ ਜਿਹੜਾ ਇਹ ਰਸਤਾ ਆ, ਇਹ ਰਸਤਾ ਜਾਂਦਾ ਆ ਫੁੱਲਾਂ ਦੀ ਘਾਟੀ ਨੂੰ ਜੀ। ਇੱਥੋਂ ਤਕਰੀਬਨ ਫੁੱਲਾਂ ਦੀ ਘਾਟੀ ਦੀ ਦੂਰੀ 3 ਕਿਲੋਮੀਟਰ ਆ, ਜੇ ਤੁਸੀਂ ਉੱਥੇ ਵੀ ਜਾਣਾ ਚਾਹੁੰਦੇ ਹੋ ਤਾਂ 1 ਜੂਨ ਤੋਂ ਇਹ ਖੁੱਲ੍ਹ ਜਾਣੀਆਂ ਨੇ ਜੀ ਫੁੱਲਾਂ ਦੀ ਘਾਟੀ, ਤੁਸੀਂ ਉੱਥੇ ਵੀ ਜਾ ਸਕਦੇ ਹੋ, ਅਤੇ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਨੂੰ ਆਪਾਂ ਜੀ ਸਿੱਧੇ ਇੱਥੋਂ ਦਰਸ਼ਨ ਕਰਨ ਜਾ ਸਕਦੇ ਹਾਂ। ਆਪਾਂ ਜੀ ਮੋਰਨਿੰਗ ਤਕਰੀਬਨ 4:30 ਵਜੇ ਯਾਤਰਾ ਸ਼ੁਰੂ ਕੀਤੀ ਸੀ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਦੀ। ਇਹ ਜਿਹੜੀ 6 ਕਿਲੋਮੀਟਰ ਚੜ੍ਹਾਈ ਆ, ਇਹ ਮੋਰਨਿੰਗ ਟਾਈਮ ਆਪਾਂ ਸ਼ੁਰੂ ਕੀਤੀ ਸੀ, ਉਸ ਟਾਈਮ ਬਹੁਤ ਜ਼ਿਆਦਾ ਹਨੇਰਾ ਸੀ, ਆਪਾਂ ਕੁਛ ਜਗ੍ਹਾ ਨਹੀਂ ਦਿਖਾ ਸਕੇ ਜੀ। ਜਿਹੜਾ ਪੋਲਾ ਜੀ, ਇਹ ਪਹਿਲਾ ਪੋਲਾ ਜਦੋਂ ਆਪਾਂ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਨੂੰ ਜਾਂਦੇ ਹਾਂ ਜੀ, ਅਤੇ ਇਹ ਪਾਣੀ ਵਗਦਾ ਜੀ, ਉੱਤੋਂ ਗਲੇਸ਼ੀਅਰ ਦਾ ਪਾਣੀ ਆਉਂਦਾ ਖੁਰ ਕੇ ਜੀ। ਜਿਸ ਜਗ੍ਹਾ ਤੋਂ ਘੋੜੇ ਚੱਲਦੇ ਨੇ ਉਹ ਤੁਹਾਨੂੰ ਜਗ੍ਹਾ ਵੀ ਦਿਖਾਉਂਦੇ ਹਾਂ, ਮੋਰਨਿੰਗ ਟਾਈਮ ਆਪਾਂ ਨਹੀਂ ਦਿਖਾ ਸਕੇ ਜੀ, ਜਿਹੜੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ, ਤੁਹਾਡਾ ਰਾਹ ਸੌਖਾ ਹੋ ਜਾਵੇ, ਇਸ ਲਈ ਅਸੀਂ ਤੁਹਾਨੂੰ ਇਹ ਜਗ੍ਹਾ ਦਿਖਾ ਰਹੇ ਹਾਂ ਜੀ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਆਵੇ ਜੀ। ਇਸ ਜਗ੍ਹਾ ਤੋਂ ਜੀ ਜਿਹੜੀ 6 ਕਿਲੋਮੀਟਰ ਦੀ ਯਾਤਰਾ ਆ, ਇਸ ਜਗ੍ਹਾ ਤੋਂ ਸਟਾਰਟ ਹੁੰਦੀ ਆ ਜੀ, ਇਹ ਆ ਚੈੱਕ ਪੋਸਟ, ਇਸ ਜਗ੍ਹਾ ਤੋਂ ਤੁਸੀਂ ਘੋੜਾ ਕਰ ਸਕਦੇ ਹੋ। ਘੋੜੇ ਦਾ ਰੇਟ ਜੀ ਇਸ ਵਾਰ ਇਹਨਾਂ ਨੇ 1600 ਰੁਪਏ ਰੱਖਿਆ ਹੋਇਆ ਹੈ ਜੀ, ਬਾਕੀ ਤੁਸੀਂ ਆਪਣੀ ਜੇ ਤੁਸੀਂ ਬਾਰਗੇਨਿੰਗ ਕਰ ਸਕਦੇ ਹੋ ਨਾ ਘਟਾ ਵਧਾ ਸਕਦੇ ਤੋਂ ਇਹਨਾਂ ਨਾਲ ਗੱਲ ਕਰ ਸਕਦੇ ਹੋ, ਪਰ ਇਹ 1600 ਰੁਪਇਆ ਲੈਂਦੇ ਨੇ ਜੀ, ਪਰਚੀ ਕੱਟ ਕੇ ਦਿੰਦੇ ਨੇ। ਇਸ ਜਗ੍ਹਾ ਤੋਂ ਘੋੜਾ ਲੈ ਕੇ ਤੁਸੀਂ ਜੇ ਤੁਰ ਕੇ ਨਹੀਂ ਜਾ ਸਕਦੇ ਤਾਂ ਆਸਾਨੀ ਨਾਲ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚ ਸਕਦੇ ਹੋ ਜੀ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੋਬਿੰਦ ਧਾਮ ਵਿਖੇ, ਇਸ ਦੀ ਵੀਡੀਓ ਅਸੀਂ ਪਹਿਲਾਂ ਦੇਖ ਚੁੱਕੇ ਹਾਂ,
ਜੇਕਰ ਤੁਸੀਂ ਉਹ ਨਹੀਂ ਦੇਖੀ ਤਾਂ ਪਿਛਲੀ ਵੀਡੀਓ ਸਾਡੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਜੀ। ਆਪਾਂ ਸਭ ਨੇ ਜੀ ਤਾਂ ਆਪਾਂ ਸਥਾਨ ਦੇ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਚੈਨਲ 'ਤੇ। ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਬਣੇ ਰਹੋ ਸਾਡੇ ਨਾਲ ਅਗਲੀ ਵੀਡੀਓਜ਼ ਦੇ ਵਿੱਚ ਜੀ।